ਸਤਿ ਸ਼੍ਰੀ ਅਕਾਲ ਦੋਸਤੋ, ਖਬਰ ਹੈ ਜੀ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅੱਜ ਦੋ ਨੌਜਵਾਨਾਂ ਦੀ ਲੜਾਈ ਝਗੜੇ ਦੇ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ, ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਪੁੱਜੇ, ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਗੱਲਬਾਤ ਕਰਦਿਆਂ ACP ਵਰਿੰਦਰ ਸਿੰਘ ਖੋਸ਼ਾ ਨੇ ਦੱਸਿਆ ਕਿ ਅੱਜ ਦੁਪਹਿਰ ਹਸਪਤਾਲ ਵਿੱਚ ਲਿਫਟ ਵਿੱਚ ਦੋ ਨੌਜਵਾਨ ਆਪਸ ਦੇ ਵਿੱਚ ਭਿੜ ਗਏ ਅਤੇ ਇੱਕ ਦੀ ਮੌਤ ਹੋ ਗਈ ਹੈ। ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ 13। ਗਲੋਬਲ ਨਿਊਜ਼ 13 ਦੇ ਲਈ ਸੁਖਦੇਵ ਸਿੰਘ ਅੰਮ੍ਰਿਤਸਰ ਤੋਂ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਕੀ ਮਾਮਲਾ ਅਤੇ ਕਿਹੜੀ ਜਗ੍ਹਾ ਦਾ ਮਾਮਲਾ? ਇਹ ਜੀ, ਸਾਨੂੰ ਕਰੀਬ 1:30 ਵਜੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਗੁਰੂ ਨਾਨਕ ਦੇਵ ਹੋਸਪਿਟਲ 'ਚ ਦੋ ਨੌਜਵਾਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਵੀ ਹੋ ਗਈ ਹੈ। ਜਦੋਂ ਅਸੀਂ ਮੌਕੇ 'ਤੇ ਜਾ ਕੇ ਹੁਣ ਹਾਲਾਤ ਦੇਖੇ ਆ ਅਤੇ ਜੋ ਡਿਸੀਜ਼ ਆ ਜਿਹਦੀ ਡੈਥ ਹੋਈ ਹੈ, ਇਹ ਰਾਜਵੀਰ ਸਿੰਘ ਜੋ ਕਿ ਛੱਜਲਵੱਡੀ ਦਾ ਰਹਿਣ ਵਾਲਾ ਸੀ, ਇਸ ਦਾ ਭਰਾ ਸਾਡਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਅਤੇ ਉਸਦੀ ਕਿਸੇ ਗਾਰ ਦੇ ਵਿੱਚ ਇੱਥੇ ਹੋਸਪਿਟਲ ਦੇ ਵਿੱਚ ਡਿਊਟੀ ਲੱਗੀ ਹੋਈ ਸੀ ਅਤੇ ਉਹ ਆਪਣੇ ਬ੍ਰਦਰ ਲਈ ਖਾਣਾ ਵਗੈਰਾ ਲੈ ਕੇ ਆਇਆ ਸੀ ਅਤੇ ਜੋ ਦੂਸਰੀ ਧਿਰ ਆ ਸਤਿੰਦਰ ਸਿੰਘ ਜੋ ਕਿ ਮੁਸਤਫਾਬਾਦ ਦਾ ਰਹਿਣ ਵਾਲਾ ਸੀ, ਇਸ ਦੀ ਵਾਈਫ ਦੇ 3-4 ਪਹਿਲਾਂ ਇੱਥੇ ਦਿਨ ਪਹਿਲਾਂ ਬੱਚਾ ਹੋਇਆ ਵਾ ਅਤੇ ਆਪਣੀ ਵਾਈਫ ਕੋਲ ਰਹਿ ਰਿਹਾ ਸੀਗਾ। ਇਹਨਾਂ ਦੀ ਕਿਸੇ ਕਾਰਨ ਕਰਕੇ ਆਪਸ ਦੇ ਵਿੱਚ ਝੜਪ ਹੋਈ ਹੈ। ਝੜਪ ਤੋਂ ਬਾਅਦ ਜਦੋਂ ਇਹ ਗਰਾਊਂਡ ਫਲੋਰ ਤੋਂ ਦੂਸਰੀ ਫਲੋਰ 'ਤੇ ਥਰੂ ਲਿਫਟ ਆਉਂਦੇ ਨੇ ਤਾਂ ਲਿਫਟ ਤੋਂ ਬਾਹਰ ਨਿਕਲਦੇ ਵੀ ਇਹ ਆਪਸ ਦੇ ਵਿੱਚ ਝਗੜਦੇ ਨੇ। ਜਿੱਥੋਂ ਦੇ ਸਾਨੂੰ ਕੁਝ ਆਈ ਵਿਟਨੈਸ ਵੀ ਮਿਲੇ ਨੇ, ਜਿਸ ਬੰਦਿਆਂ ਨੇ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਵਾ ਕਿ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਆ ਤਾਂ ਦੋਨੇ ਹੱਥੋਂ ਪਾਈ ਜਦੋਂ ਆਪਸ 'ਚ ਹੁੰਦੇ ਨੇ ਤਾਂ ਇਹ ਜੋ ਨਾਲ ਦੀ ਲਿਫਟ ਹੈ ਜੋ ਕਿ ਬੰਦ ਹਾਲਤ ਦੇ ਵਿੱਚ ਹੈ ਅਤੇ ਲਿਫਟ ਦੇ ਵਿੱਚ ਟਕਰਾਉਂਦੇ ਨੇ ਅਤੇ ਇਹ ਦੋਨੋਂ ਨੌਜਵਾਨ ਹੀ ਇਕੱਠੇ ਹੀ ਸੈਕਿੰਡ ਫਲੋਰ ਤੋਂ ਪਹਿਲੇ ਫਲੋਰ 'ਤੇ ਡਿੱਗ ਪੈਂਦੇ ਨੇ, ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਅਤੇ ਦੂਸਰਾ ਕਾਫੀ ਸੀਰੀਅਸ ਆ। ਹਜੇ ਉਹਨਾਂ ਤੋਂ ਅਸੀਂ ਡਿਟੇਲ ਦੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਲੈ ਸਕਦੇ ਕਿਉਂਕਿ ਉਹ ਵੀ ਕਾਫੀ ਸੀਰੀਅਸ ਆ ਅਤੇ ਉਹ ਵੀ ਇੱਥੇ ਐਡਮਿਟ ਆ ਹੋਸਪਿਟਲ ਦੇ ਵਿੱਚ ਅਤੇ ਇਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਹੋ ਜਾਂਦੀ ਹੈ ਅਤੇ ਦੂਸਰਾ ਜੇਰੇ ਇਲਾਜ ਹੈ। ਹੁਣ ਸਰ ਕੀ ਕਾਰਵਾਈ? ਹੁਣ ਜੀ ਹਜੇ ਅਸੀਂ ਦੇਖ ਰਹੇ ਹਾਂ ਕਿ ਦੂਸਰੇ ਹਾਲ ਦੀ, ਦੂਸਰੇ ਨੌਜਵਾਨ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ, ਉਹਨਾਂ ਦੇ ਅਸੀਂ ਡਿਟੇਲ ਦੇ ਵਿੱਚ ਕੋਸ਼ਿਸ਼ ਕਰਕੇ ਫਿਰ ਉਸ ਤੋਂ ਬਾਅਦ ਜੋ ਵੀ ਦੋਨਾਂ ਦੇ ਖਿਲਾਫ ਬੰਦੀ ਕਰ ਦਿੱਤੀ। ਜਿਹੜਾ ਝਗੜਾ ਹੋਇਆ ਉਹਨਾਂ ਦਾ, ਦੋਨਾਂ ਦੇ ਨਾਮ ਨੂੰ ਕੀ ਹੈ ਦੋਨਾਂ? ਪਹਿਲਾ ਨੌਜਵਾਨ ਜੀ ਦੀ ਡੈਥ ਹੋ ਗਈ ਹੈ, ਰਾਜਵੀਰ ਸਿੰਘ ਸਨ ਆਫ ਬਲਵਿੰਦਰ ਸਿੰਘ ਛੱਜਲਵੱਡੀ ਦਾ, ਦੂਸਰਾ ਸਤਿੰਦਰ ਸਿੰਘ ਸਨ ਆਫ ਮਹਿੰਦਰ ਸਿੰਘ, ਇਹ ਸਾਡੇ ਮੁਸਤਫਾਬਾਦ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ।